ਕਿ ਸ਼ਰਾਬ ਦੇ ਠੇਕੇ ਦੇ ਉੱਤੇ ਕੁਝ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ। ਦੱਸ ਦਈਏ ਕਿ ਲਾਠੀ ਡੰਡਿਆਂ ਦੇ ਨਾਲ ਸ਼ਰਾਬ ਦੇ ਜੋ ਬੋਤਲਾਂ ਪਈਆਂ ਸੀ ਅੰਦਰ ਉਹ ਵੀ ਤੋੜ ਦਿੱਤੀਆਂ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਸਾਫ ਦੇਖਿਆ ਜਾ ਸਕਦਾ ਕਿ ਚਾਰ ਹਮਲਾਵਰਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇਹਨਾਂ ਦੇ ਕੋਲ ਲੋਹੇ ਦੀ ਰਾੜ ਅਤੇ ਤੇਜ਼ ਧਾਰ ਹਥਿਆਰ ਸੀ ਜਿਸ ਦੇ ਨਾਲ ਪਹਿਲਾਂ ਤਾਂ ਸ਼ੀਸ਼ੇ ਤੋੜੇ ਗਏ ਅਤੇ ਫਿਰ ਉਸ ਤੋਂ ਬਾਅਦ ਜਾਂਦੇ ਜਾਂਦੇ ਜੋ ਸੜਕ ਦੇ ਕਿਨਾਰੇ 'ਤੇ ਇੱਟਾਂ ਪਈਆਂ ਸੀ ਉਹ ਵੀ ਮਾਰੀਆਂ ਗਈਆਂ। ਹਾਲਾਂਕਿ ਸਭ ਤੋਂ ਬਾਅਦ ਸਹਿਮ ਦਾ ਮਾਹੌਲ ਬਣ ਜਾਂਦਾ, ਮੌਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਅਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪੁਣੇ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਰਾਬ ਦੇ ਠੇਕੇ 'ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਹਮਲਾ ਕਿਉਂ ਕੀਤਾ ਗਿਆ ਇਸ ਦੇ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਹੀ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਸੀ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਅਤੇ ਜੋ ਹਮਲਾਵਰ ਸੀ ਉਹ ਅਣਪਛਾਤੇ ਦੱਸੇ ਜਾ ਰਹੇ ਨੇ ਅਤੇ ਪੁਲਿਸ ਦੇ ਵੱਲੋਂ ਹੁਣ CCTV ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਪੁਣੇ ਦੇ ਵਿੱਚ ਇੱਕ ਠੇਕੇ 'ਤੇ ਹਮਲਾ ਕੀਤਾ ਗਿਆ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਕਿ ਜੋ ਸ਼ੀਸ਼ੇ ਨੇ ਉਹ ਭੰਨੇ ਜਾ ਰਹੇ ਨੇ, ਇਸ ਤੋਂ ਬਾਅਦ ਜਾਂਦੇ ਜਾਂਦੇ ਜੋ ਇੱਟਾਂ ਪਈਆਂ ਨੇ ਉਹਨਾਂ ਦੇ ਕੋਲ ਨੇੜੇ ਉਹ ਵੀ ਮਾਰੀਆਂ ਗਈਆਂ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਅੰਦਰ ਪਈਆਂ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਚੂਰ ਚੂਰ ਹੋ ਗਈਆਂ ਨੇ ਅਤੇ ਨਾਲ ਹੀ ਜੋ ਸ਼ੀਸ਼ੇ ਲੱਗੇ ਹੋਏ ਸੀ, ਡਿਜ਼ਾਈਨਿੰਗ ਕੀਤੀ ਹੋਈ ਸੀ, ਉਹ ਸਾਰੀ ਹੀ ਤੋੜ ਦਿੱਤੀ ਗਈ। ਇੱਕ ਸ਼ਰਾਬ ਦੇ ਠੇਕੇ ਦੇ ਉੱਤੇ ਕੁਝ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ। ਦੱਸ ਦਈਏ ਕਿ ਲਾਠੀ ਡੰਡਿਆਂ ਦੇ ਨਾਲ ਸ਼ਰਾਬ ਦੇ ਜੋ ਬੋਤਲਾਂ ਪਈਆਂ ਸੀ ਅੰਦਰ ਉਹ ਵੀ ਤੋੜ ਦਿੱਤੀਆਂ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਸਾਫ ਦੇਖਿਆ ਜਾ ਸਕਦਾ ਕਿ ਚਾਰ ਹਮਲਾਵਰਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇਹਨਾਂ ਦੇ ਕੋਲ ਲੋਹੇ ਦੀ ਰਾੜ ਅਤੇ ਤੇਜ਼ ਧਾਰ ਹਥਿਆਰ ਸੀ ਜਿਸ ਦੇ ਨਾਲ ਪਹਿਲਾਂ ਤਾਂ ਸ਼ੀਸ਼ੇ ਤੋੜੇ ਗਏ ਅਤੇ ਫਿਰ ਉਸ ਤੋਂ ਬਾਅਦ ਜਾਂਦੇ ਜਾਂਦੇ ਜੋ ਸੜਕ ਦੇ ਕਿਨਾਰੇ 'ਤੇ ਇੱਟਾਂ ਪਈਆਂ ਸੀ ਉਹ ਵੀ ਮਾਰੀਆਂ ਗਈਆਂ। ਹਾਲਾਂਕਿ ਸਭ ਤੋਂ ਬਾਅਦ ਸਹਿਮ ਦਾ ਮਾਹੌਲ ਬਣ ਜਾਂਦਾ, ਮੌਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਅਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪੁਣੇ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਰਾਬ ਦੇ ਠੇਕੇ 'ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਹਮਲਾ ਕਿਉਂ ਕੀਤਾ ਗਿਆ ਇਸ ਦੇ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਹੀ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਸੀ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਅਤੇ ਜੋ ਹਮਲਾਵਰ ਸੀ ਉਹ ਅਣਪਛਾਤੇ ਦੱਸੇ ਜਾ ਰਹੇ ਨੇ ਅਤੇ ਪੁਲਿਸ ਦੇ ਵੱਲੋਂ ਹੁਣ CCTV ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਪੁਣੇ ਦੇ ਵਿੱਚ ਇੱਕ ਠੇਕੇ 'ਤੇ ਹਮਲਾ ਕੀਤਾ ਗਿਆ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਕਿ ਜੋ ਸ਼ੀਸ਼ੇ ਨੇ ਉਹ ਭੰਨੇ ਜਾ ਰਹੇ ਨੇ, ਇਸ ਤੋਂ ਬਾਅਦ ਜਾਂਦੇ ਜਾਂਦੇ ਜੋ ਇੱਟਾਂ ਪਈਆਂ ਨੇ ਉਹਨਾਂ ਦੇ ਕੋਲ ਨੇੜੇ ਉਹ ਵੀ ਮਾਰੀਆਂ ਗਈਆਂ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਅੰਦਰ ਪਈਆਂ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਚੂਰ ਚੂਰ ਹੋ ਗਈਆਂ ਨੇ ਅਤੇ ਨਾਲ ਹੀ ਜੋ ਸ਼ੀਸ਼ੇ ਲੱਗੇ ਹੋਏ ਸੀ, ਡਿਜ਼ਾਈਨਿੰਗ ਕੀਤੀ ਹੋਈ ਸੀ, ਉਹ ਸਾਰੀ ਹੀ ਤੋੜ ਦਿੱਤੀ ਗਈ।